तीन दिन वो केड़ा तशद्दुद है जां केड़ा वो उन्हां ते नहीं होया जुल्म, वो केड़ा लालच है जिहड़ा उन्हां नूं नहीं दित्ता गया। उस दादी नूं याद करो जिन्हें तीन दिन उन्हां बच्चियां दे चों दृढ़ता भरी माता गुजरी जी ने कि अपने सिदक तो डोले नहीं। जाना तो प्यारे सिख माता गुजरी जी सारे होए ते फिर अखीर ते जिहड़ा गुरु साहब सारा कुछ करके जो फिर कहने इन पुत्रन के सीस पे वार दिए सुत चार, चार मुए तो क्या हुआ जीवत कई हजार। वो जो अपने पिता नु कहंदे आ कि भी असी भी इस रण तत्ते विच जूझ के मरना है, उते कहंदे ना जूझ मरो रण मैं तज पै तुम ते प्रभ श्याम यह भर पा। ਸ਼ਹਾਦਤਾਂ ਦਾ ਸਫ਼ਰ ਜਿਹੜਾ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਿਆ ਸੀ, ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ। ਉਹੀ ਪਰਿਵਾਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੇ ਜਿੱਦਾਂ ਜੰਗ ਦੇ ਵਿੱਚ ਸਿੱਖਾਂ ਨੂੰ ਮਾਹਰ ਕੀਤਾ, ਫਿਰ ਨੌਵੇਂ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਉਹਨਾਂ ਦਾ ਪਰਿਵਾਰ ਆਉਂਦਾ, ਉੱਥੇ ਬਲੀਦਾਨ ਦੇਣ ਦੀ ਜਿਹੜੀ ਚਾਹ ਸੀ ਜਾਂ ਇੱਛਾ ਸੀ ਹੋਰ ਤੇਜ਼ ਅਤੇ ਤਿੱਖੀ ਹੋਈ। ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹ ਜਿਹੜੀ ਸ਼ਹਾਦਤ ਸੀ ਉਹ ਚਾਹ ਨਾਲ, ਮੋਏ ਮਰਨੇ ਕਾ ਚਾਹ ਹੈ, ਜਿਹੜਾ ਉਹ ਮਰਨ ਦਾ ਚਾਹ ਸੀ ਗੁਰੂ ਸਾਹਿਬ ਨੇ ਪੈਦਾ ਕੀਤਾ ਸੀ।